ਮਿਲ ਕੇ ਹਰਾਉਣਾ ਏ ਦੇਖੋ ਜੀ ਮੈਂ ਇੱਕ ਗੀਤਰਾਈ ਮੈਸੇਜ ਇਹ ਦਿੱਤਾ ਹੈ ਸਾਰੇ ਹੀ ਆਪਣੇ ਦੇਸ਼ ਵਾਸੀਆਂ ਨੂੰ ਦੀਸਾ ਵਿਦੇਸ਼ਾਂ ਦੇ ਵਿੱਚ ਜੇ ਤੁਹਾਨੂੰ ਪਤਾ ਹੀ ਹੈ ਕਿ ਕੋਰੋਨਾ ਦਾ ਬੜਾ ਖੈਰ ਚੱਲ ਰਿਹਾ ਬੜੀ ਜਦੀ ਮਹਾਂਮਾਰੀ ਫੈਲੀ ਹੋਈ ਹੈ ਸੋ ਜਿਸ ਦਿਨ ਦਾ ਲਾਕਡਾਊਨ ਪੀਐਮ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਦੇ ਹੁਕਮ ਹੋਏ ਸੀਗੇ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜੋ ਸਾਨੂੰ ਡਿਊਟੀਆਂ ਦਿੱਤੀਆਂ ਗਈਆਂ ਅਸੀਂ ਹਦਾਇਤਾਂ ਦਿੱਤੀਆਂ ਸੀਗੀਆਂ ਉਹਨਾਂ ਨੂੰ ਮੱਦੇਨਜ਼ਰ ਅੱਖਧਰੇ ਉਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਆਪਾਂ ਡਿਊਟੀਆਂ ਜਿਹੜੀਆਂ ਸਾਰੀ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਡਿਊਟੀਆਂ ਆਪਣੀ ਤੰਦੇ ਜਨ ਨਿਭਾ ਰਿਹਾ ਲੋਕਾਂ ਨੂੰ ਹਰ ਤਰੀਕੇ ਦੇ ਨਾਲ ਅਵੇਅਰ ਕੀਤਾ ਜਾ ਰਿਹਾ ਸੀਗਾ ਗਸਤਾ ਰਹੀ ਨਾਕਿਆਂ ਦੇ ਚਾਹੇ ਕਿ ਲੋਕਾਂ ਨੂੰ ਘਰ ਘਰ ਵੀ ਜਿਹੜੇ ਘਰਾਂ ਤੋਂ ਬਾਹਰ ਆਂਦੇ ਸੀ ਉਹਨਾਂ ਨੂੰ ਹੱਥ ਜੋੜ ਕੇ ਵੀ ਅਸੀਂ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੇ ਆਂ ਔਰ ਕੀਤੇ ਗਏ ਔਰ ਕਰ ਰਹੇ ਆ ਹੁਣ ਵੀ ਕਰ ਰਹੇ ਆਂ ਤੇ ਇਸੇ ਦੌਰਾਨ ਹੀ ਡਿਊਟੀ ਕਰਦਿਆਂ ਕਰਦਿਆਂ ਮੇਰੇ ਮਨ ਦੇ ਵਿੱਚ ਆਈ ਕਿਉਂਕਿ ਮੈਂ ਪਹਿਲਾਂ ਤੋਂ ਮੈਨੂੰ ਸ਼ੌਂਕ ਸੀਗਾ ਜੋ ਮੈਂ ਗਾ ਲੈਂਦਾ ਸੀਗਾ ਤੇ ਮੈਂ ਕਿਉਂ ਨਾ ਇੱਕ ਗੀਤ ਰਹੀਂ ਵੀ ਕਰੋਨਾ ਵਾਇਰਸ ਦੇ ਸਬੰਧ ਵਿੱਚ ਲੋਕਾਂ ਤੱਕ ਮੈਸੇਜ ਪਾਸ ਕਰੀਏ ਤੇ ਬੇਨਤੀ ਕਰੀਏ ਕਿ ਘਰਾਂ ਤੋਂ ਬਾਹਰ ਨਿਕਲੋ ਇਹ ਮਹਾਮਾਰੀ ਜਿਹੜੀ ਹੈ ਬਹੁਤ ਮਾੜੀ ਹੈ ਤੇ ਜਿਸ ਦੇ ਨਾਲ ਸਾਨੂੰ ਬਚਾ ਹਰ ਤਿਕਨਾ ਤਦ ਕੀਤਾ ਜਾਊਗਾ ਜੇ ਆਪਾਂ ਘਰਾਂ ਦੇ ਬਾਹਰ ਨਾ ਨਿਕਲੀਏ ਦੇਖੋ ਜੀ ਛੋਟੇ ਹੁੰਦੇ ਬਚਪਨ ਤੋਂ ਹੀ ਜਦ ਮੈਂ ਸਕੂਲ ਮੇਰੇ ਫਾਦਰ ਸਾਹਿਬ ਮਾਤਾ ਜੀ ਨੇ ਮੈਨੂੰ ਭੇਜਿਆ ਸੀਗਾ ਤੇ ਉਦੋਂ ਤੋਂ ਹੀ ਮੈਨੂੰ ਬਚਪਨ ਤੋਂ ਸ਼ੌਂਕ ਸੀਗਾ ਗਾਣ ਦਾ ਤੇ ਬਾਦਸਵਾ ਦੇ ਵਿੱਚ ਸਕੂਲਾਂ ਦੇ ਵਿੱਚ ਜਦੋਂ ਹੁੰਦੀਆਂ ਮੇਰੇ ਟੀਚਰ ਸਾਹਿਬਾਨ ਔਰ ਮੇਰੇ ਮਾਪੇ ਵੱਲੋਂ ਮੇਰੇ ਸਾਰੇ ਹੀ ਪਰਿਵਾਰ ਵੱਲੋਂ ਪ੍ਰੇਰਣਾ ਸੀਗੀ ਕਿ ਤੂੰ ਗੀਤ ਗਾ ਲੈਣਾ ਤੇ ਬੜਾ ਸ਼ੌਂਕ ਦੇ ਨਾਲ ਤੂੰ ਗਾਣਾ ਤੇ ਇਹਨੂੰ ਆਪਣੇ ਸ਼ੌਂਕ ਨੂੰ ਜਿਸ ਤਰੀਕੇ ਨਾਲ ਵੀ ਆ ਤੇ ਉਹਨੂੰ ਯਾਗਰ ਇਦਾਂ ਹੀ ਰੱਖਦੇ ਆ ਤੇ ਬੜਾ ਤੁਸ਼ਾਹ ਦਿੰਦੇ ਸੀ ਕਿ ਸਾਰੇ ਮੈਨੂੰ ਟੀਚਰ ਸਾਹਿਬਾਨ ਵੀ ਮੇਰੇ ਮਾਪੇ ਮੇਰੇ ਰਿਸ਼ਤੇਦਾਰ ਮੇਰੇ ਭੈਣ ਭਾਈ ਜਿੰਨੇ ਵੀ ਹੈਗੇ ਆ ਉਹ ਸਾਰੇ ਹੀ ਉਤਸ਼ਾਹਤ ਕਰਦੇ ਸੀ ਮੈਨੂੰ ਦੇਖੋ ਜੀ ਮੈਂ ਕਾਲਜ ਟਾਈਮ ਵੀ ਇਹ ਜਿਹੜਾ ਸੀਗਾ ਗਵਰਨਮੈਂਟ ਪੋਲੀਟੈਕਨਿਕ ਅੰਮ੍ਰਿਤਸਰ ਤੋਂ ਮੈਂ ਜਦ ਇੰਜੀਨੀਅਰਿੰਗ ਕੀਤੀ ਸੀਗੀ ਤੇ ਉਸ ਟਾਈਮ ਵੀ ਮੈਂ ਗੀਤ ਸ਼ੌਂਕ ਨਾਲ ਗਾਏ ਸੀਗੇ ਔਰ ਹਿੱਸਾ ਲੈਂਦਾ ਸੀਗਾ ਕਾਲਜ ਵਿੱਚ ਜਦ ਮੈਂ ਪੁਲਿਸ ਦੇ ਵਿੱਚ ਭਰਤੀ ਹੋਇਆ ਉਸ ਦੇ ਵਿੱਚ ਸਾਡਾ ਇੱਕ ਗਰੁੱਪ ਤਿਆਰ ਕੀਤਾ ਗਿਆ ਸੀਗਾ ਸਾਡੇ ਮਾਨਯੋਗ ਸ੍ਰੀ ਸੰਜੀਵ ਕਾਲੜਾ ਜੀ ਏਡੀਪੀ ਸਾਹਿਬ ਜੋ ਐਸਾਨੂੰ ਮੌਕੇ ਦੇ ਨੇ ਉਹਨਾਂ ਲੋਕ ਗਰੁੱਪ ਤਿਆਰ ਕੀਤਾ ਗਿਆ ਸੀ ਇਹ ਉਸ ਗਰੁੱਪ ਦੇ ਵਿੱਚ ਵੀ ਮੇਰਾ ਜਿਹੜਾ ਸੀਗਾ ਨਾਲ ਉਹਨਾਂ ਨੇ ਮੈਨੂੰ ਚੋਣ ਕੀਤੀ ਸੀਗੀ ਤੇ ਅਸੀਂ ਉਸ ਸਮੇਂ ਦਰਾਂ ਵੀ ਇਹ ਆਪਣੇ ਟ੍ਰੋਪ ਦੇ ਵਿੱਚ ਵੀ ਜੋ ਸਾਨੂੰ ਅਫਸਰਾਂ ਵੱਲੋਂ ਹੁਕਮ ਸੀਗੇ ਤੇ ਨਾਲੇ ਆਪਣਾ ਸ਼ੌਂਕ ਪੂਰਾ ਕਰ ਰਹੇ ਸੀਗੇ ਤੇ ਨਾਲ ਲੋਕਾਂ ਤੱਕ ਜੋ ਵੀ ਮੈਸੇਜ ਮਾਨਯੋਗ ਅਫਸਰਾਂ ਵੱਲੋਂ ਹੁੰਦਾ ਸੀ ਉਹ ਪਹੁੰਚਾਇਆ ਜਾਂਦਾ ਸੀ ਦੇਖੋ ਜੀ ਮੈਂ ਸ਼ੌਂਕੀਆ ਤੌਰ ਤੇ ਗਾਉਂਦਾ ਸੀਗਾ ਪਰ ਜੋ ਕਚਾਰੇ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਆ ਗੀਤ ਪਹਿਲਾਂ ਵੀ ਇੱਕ ਮੇਰੀ ਜਦੋਂ ਕਮਾਂਡੋ ਦੇ ਵਿੱਚ ਸਾਡਾ ਗਰੁੱਪ ਸੀਗਾ ਪਟਿਆਲਾ ਵਿਖੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਨੂੰ ਮਾਨਯੋਗ ਸਾਡੇ ਸ੍ਰੀ ਕੇਆ ਲੇਖੀ ਸਾਹਿਬ ਜੀ ਜੋ ਇਸ ਵੇਲੇ ਰਿਟਾਇਰ ਹੋ ਚੁੱਕੇ ਨੇ ਅਫਸਰ ਤੇ ਉਹਨਾਂ ਨੇ ਡਰੁੱਪਦਾਰ ਕੀਤਾ ਗਿਆ ਸੀ ਜੋ ਮੌਜੂਦਾ ਟੀਮ ਵੀ ਇਸ ਵੇਲੇ ਹੈਗੀ ਪਟਿਆਲਾ ਦੇ ਵਿੱਚ ਸੋ ਉਸ ਮੌਕੇ ਤੇ ਵੀ ਅਸੀਂ ਇਹ ਸਾਰੇ ਗਰੁੱਪ ਦੇ ਵਿੱਚ ਜਿਨ੍ਹਾਂ ਤੁਸੀਂ ਸਾਡੇ ਸਰਦਾਰ ਜੀ ਪੰਮੀ ਬਾਈ ਜੀ ਜਿਉਂ ਨੇ ਤੇ ਉਹਨਾਂ ਨੂੰ ਟੀਮ ਸਪੁਰਦ ਕੀਤੀ ਸੀਗੀ ਨਾਲ ਉਹਨਾਂ ਦੇ ਉਹਨਾਂ ਦੀ ਦੇਖਰੇਖ ਅੰਦਰ ਵੀ ਟੀਮ ਚੱਲਦੀ ਐ ਇਸ ਵੇਲੇ ਮੌਕੇ ਤੇ ਤੇ ਉਸਤ ਮੌਕੇ ਵੀ ਕਰਦੇ ਸੀ ਜਦੋਂ ਅਸੀਂ ਕਮਾਂਡੋ ਸੀ ਸੀਗੇ ਤੇ ਉਦੋਂ ਵੀ ਅਸੀਂ ਇਹ ਗੀਤ ਦਾ ਜਿਹੜਾ ਅਸੀਂ ਕਰਦੇ ਸੀਗੇ ਸਾਰੇ ਜਗ੍ਹਾ-ਜਗ੍ਹਾ ਜਾ ਕੇ ਜੋ ਅਫਸਰਾਂ ਦੇ ਹੁਕਮ ਸੀਗੇ ਗੀਤ ਮੌਕੇ ਤੇ ਜਾ ਕੇ ਹਰ ਤਰੀਕੇ ਦੇ ਨਾਲ ਕਮਾਂਡੋ ਦੇ ਵਿੱਚ ਜਾ ਕੇ ਜੋ ਵੀ ਜਿੱਤੇ ਹਿੱਸਾ ਲਿਆ ਜਾਂਦਾ ਸੀ ਕਿ ਲੈ ਕੇ ਤੇ ਹਰ ਜੋ ਅਫਸਰਾਂ ਦੇ ਹੁਕਮ ਸੀ ਉਸਨੂੰ ਅਵੇਅਰ ਕਰਦੇ ਸੀਗੇ ਪਲੱਸ ਹੁਣ ਇਦਾਂ ਸੀਗਾ ਕਿ ਉਸ ਸਮੇਂ ਤਾਂ ਮੈਂ ਇੱਕ ਕੈਸਟ ਆਪਣੀ ਕਰਵਾਈ ਸੀਗੀ ਮਾਨਤ ਮੈਂ ਸਜਣਾ ਦੀ ਜਿਹਨੂੰ ਵਧੀਆ ਹੰਗਾਰਾ ਮਿਲਿਆ ਸੀ ਤਾਂ ਹੁਣ ਤਾਂ ਮਨ ਦੇ ਵਿੱਚ ਇੱਕ ਹੀ ਸ਼ੌਂਕ ਆਇਆ ਸੀਗਾ ਕਿ ਕੋਰੋਨਾ ਦਾ ਜੋ ਚੱਲ ਰਿਹਾ ਹੈ ਕੈਰ ਦੁਨੀਆ ਦੇ ਉੱਤੇ ਤੇ ਉਹਦੇ ਸਬੰਧ ਵਿੱਚ ਗਾ ਕੇ ਲੋਕਾਂ ਨੂੰ ਇੱਕ ਗਾਇਕੀ ਰਾਈ ਦੱਸਿਆ ਜਾਵੇ ਕਿ ਯਾਰ ਸੰਭਲ ਜੋ ਕੋਈ ਫਾਇਦਾ ਨਹੀਂ ਹੈ ਮਹਾਮਾਰੀ ਬਹੁਤ ਮਾੜੀ ਹੈ ਇਹ ਬੜੀ ਭਿਆਨਕ ਬਿਮਾਰੀ ਹੈ ਸਾਨੂੰ ਘਰ ਅੰਦਰ ਰਹ ਕੇ ਹੀ ਇਹਦਾ ਸਾਹਮਣਾ ਕਰਨਾ ਪੈਣਾ ਤੇ ਜੋ ਸਾਡਾ ਪ੍ਰਸ਼ਾਸਨ ਵਧੀਆ ਤਰੀਕੇ ਦੇ ਨਾਲ ਡਿਊਟੀ ਪੁਲਿਸ ਪ੍ਰਸ਼ਾਸਨ ਕਰ ਰਿਹਾ ਡਿਊਟੀ ਨਾਲ ਤਨ ਦੇਖੋ ਡਾਕਟਰ ਸਾਹਿਬ ਕਰ ਰਿਹਾ ਕਾਰਪੋਰੇਸ਼ਨ ਦੇ ਮੁਲਾਜ਼ਮ ਕਰ ਰਿਹਾ ਬੜੀ ਤੰਦ ਇਹਨੇ ਡਿਊਟੀ ਨਿਭਾ ਰਹੇ ਆ ਤੇ ਹਰ ਹਰ ਤਿਕਨਾ ਵੇਰ ਕੀਤਾ ਜਾਵੇ ਕਿ ਸਾਡਾ ਬਚਾਓ ਹੀ ਹੈ ਇਸ ਕਰਕੇ ਕਿ ਕਰੋਨਾ ਦੇ ਨਾਲ ਤਾਜ਼ੀ ਹੀ ਲੜ ਸਕਾਂਗੇ ਜੇ ਘਰਾਂ ਦੇ ਵਿੱਚ ਰੰਗਦੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਸਮਾਜ ਦੇ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਕਿ ਕਰੋਨਾ ਜਿਹੜੀ ਐ ਐਸ ਵਾਲੀ ਜੋ ਮਹਾਮਾਰੀ ਚੱਲ ਰਹੀ ਐ ਬਹੁਤ ਹੀ ਜ਼ਿਆਦਾ ਦੇਸ਼ਾਂ ਦੇਸ਼ਾਂ ਦੇ ਵਿੱਚ ਨੇ ਆਪਣਾ ਯੋਰ ਦਾ ਪਾਇਆ ਹੋਇਆ ਸੋ ਸਾਡਾ ਬਚਾਅ ਹੀ ਇੱਕ ਘਰਾਂ ਦੇ ਵਿੱਚ ਰਹਿ ਜੋ ਸਾਡੇ ਪੀਐਮ ਸਾਹਿਬ ਸੀਐਮ ਸਾਹਿਬ ਨੇ ਜੋ ਸਾਡੇ ਅਫਸਰਾਂ ਨੇ ਹੁਕਮ ਦਿੱਤੇ ਐ ਸਾਡੇ ਵਾਸਤੇ ਜੋ ਲੋਕਾਂ ਨੂੰ ਲੋਕਡਾਊਨ ਕਰਵਾ ਕੇ ਘਰਾਂ 'ਚ ਰਹਿਣ ਲਈ ਹਦਾਇਤਾਂ ਦਿੱਤੀਆਂ ਨੇ ਤੇ ਤਦ ਹੀ ਅਸੀਂ ਕੋਰੋਨਾ ਤੋਂ ਬਚਾਅ ਕਰ ਸਕਦੇ ਆ ਤੇ ਆਪੋ ਆਪਣੇ ਘਰਾਂ ਦੇ ਵਿੱਚ ਰਹੋ ਤੇ ਰਹਿ ਕੇ ਹੀ ਇਹਦੇ ਵਿੱਚ ਹੀ ਸਾਡਾ ਬਚਾਅ ਹੋਊਗਾ ਤਾਂ ਕਿ ਆਪਣਾ ਕੋਰੋਨਾ ਨੂੰ ਹਰਾ ਸਕੀਏ